ਲੈ ਵੀ ਆ ਫਿਰ ਇੱਕ ਹੋਰ ਜਗ੍ਹਾ ਤੇ ਆ ਗਏ ਆ ਨੈਪੋਲੀਅਨ ਕੁਛ ਹੈਗਾ ਇਹ ਬੁੱਤ ਇਹਦੇ ਤੇ ਪੇਂਟਿੰਗਾਂ ਹੀ ਆ ਸਾਰੀਆਂ ਕੀਤੀਆਂ ਹੋਈਆਂ ਇਹ ਜਿਹੜੀ ਜਗ੍ਹਾ ਨਾ ਇਹ ਪੈਰਸ ਦੀ ਸਭ ਤੋਂ ਮਹਿੰਗੀ ਜਗ੍ਹਾ ਮੰਨੀ ਜਾਂਦੀ ਕਿਉਂਕਿ ਇੱਥੇ ਜਿਹੜੇ ਸ਼ੋਰੂਮ ਆ ਸਭ ਤੋਂ ਮਹਿੰਗੇ ਸ਼ੋਰੂਮ ਮਹਿੰਗੇ ਮਹਿੰਗੇ ਬ੍ਰਾਂਡਾਂ ਦੇ ਸ਼ੋਰੂਮ ਆ ਇੱਥੇ ਅਤੇ ਉਸ ਤੋਂ ਅੰਦਰ ਜਾ ਕੇ ਵਿਖਾਵਾਂਗੇ ਕਿਹੜੇ ਕਿਹੜੇ ਬ੍ਰਾਂਡ ਆ ਅਤੇ ਕਿਹੜੇ ਕਿਹੜੇ ਸ਼ੋਰੂਮ ਆ ਸ਼ੋਰੂਮ ਬੜੇ ਤਕੜੇ ਆ ਸਾਈਡਾਂ ਦੇ ਬਿਲਡਿੰਗਾਂ ਦੇ ਵੇਨ ਦੇ ਵਿੱਚ ਬਣੇ ਹੋਏ ਸ਼ੋਰੂਮ ਆ ਇਹ ਪਤਾ ਨਹੀਂ ਕਿਹੜੇ ਕਿਹੜੇ ਬ੍ਰਾਂਡ ਆ ਅੰਦਰ ਚੱਲ ਕੇ ਵਿਖਾਉਣੇ ਆ ਤੁਹਾਨੂੰ ਇਹ ਆ ਸ਼ੋਰੂਮ ਇਹ ਕੱਲਾ ਲੇਡੀਜ਼ ਆ ਸ਼ੋਰੂਮ ਤੁਸੀਂ ਵਿੱਚੋਂ ਵੇਖ ਰਹੇ ਹਾਂ ਉੱਪਰੋਂ ਵੇਖੋ ਇੱਕ ਦੋ ਤਿੰਨ ਚਾਰ ਪੰਜ ਮੰਜ਼ਿਲਾ ਸ਼ੋਰੂਮ ਆ ਇਹ ਲੇਡੀਜ਼ ਹਰੇਕ ਮੰਜ਼ਿਲ 'ਤੇ ਚੜ੍ਹ ਕੇ ਵਿਖਾਉਣੇ ਆ ਤੁਹਾਨੂੰ ਅਤੇ ਜਿੱਥੇ ਹਰ ਬ੍ਰਾਂਡ ਮਹਿੰਗੇ ਦਾ ਮਾਰਕਾ ਮਿਲਦਾ ਲੱਖ ਲੱਖ ਦੋ ਦੋ ਲੱਖ ਦੀ ਘੜੀ ਆ ਘੜੀ 72,000 ਯੂਰੋ ਰੇਟ ਆ ਘੜੀ ਦਾ ਲੇਡੀਜ਼ ਘੜੀ ਆ 72,000 ਯੂਰੋ ਇੱਦੋਂ ਵੀ ਮਹਿੰਗੀਆਂ ਮਹਿੰਗੀਆਂ ਪਈਆਂ ਇੱਥੇ ਬਹੁਤ ਤਰ੍ਹਾਂ ਦੀਆਂ ਘੜੀਆਂ ਪਈਆਂ ਲੱਖ ਲੱਖ ਡੇਢ ਡੇਢ ਲੱਖ ਅਤੇ ਉਹਨਾਂ ਦੀਆਂ ਫੋਟੋ ਨਹੀਂ ਖਿੱਚਣ ਦਿੰਦੇ ਗੇ ਇਹ 72,000 ਯੂਰੋ ਦੀ ਤੁਸੀਂ ਆਪ ਹੀ ਵੇਖ ਰਹੇ ਹਾਂ ਉੱਤੇ ਰੇਟ ਇਹ ਟਰੈਡੀਸ਼ਨ ਬੈਂਡ ਬ੍ਰਾਂਡ ਆ ਕੋਈ ਅਤੇ ਆ ਨਾਲ ਨੈਕਲੈਸ 6200 ਯੂਰੋ ਦਾ ਇਕੱਲਾ ਨੈਕਲੈਸ ਹੀ ਪਿਆ ਆ ਘੋੜੇ ਦਾ ਸਟੈਚੂ ਆ 21,000 ਯੂਰੋ ਦਾ ਇਹ ਘੋੜੇ ਦਾ ਸਟੈਚੂ ਆ ਇਕੱਲਾ 21,000 ਯੂਰੋ ਦਾ ਆਹ ਹੈਗਾ 24,000 ਯੂਰੋ ਦਾ ਆਹ ਵੇਖ ਲਓ 24,000 ਯੂਰੋ ਦਾ ਇਕੱਲਾ ਘੋੜੇ ਦਾ ਸਟੈਚੂ ਆ ਇਹ ਮਾਰਕੀਟ ਵੇਖੋ ਕਿੱਡੀ ਤਕੜੀ ਲਓ ਵੇਖ ਉੱਤੋਂ ਆ ਗਏ ਮਾਰਕੀਟ ਦੇ ਸਾਰਾ ਕੁਛ ਇਹੀ ਰੇਟ ਤੀਜੀ ਚੌਥੀ ਮੰਜ਼ਿਲ ਤੋਂ ਆ ਵੇਖ ਰਹੇ ਹਾਂ ਉੱਪਰ ਦਾ ਸਿਰਾ ਚੱਲਦੇ ਛੱਤ 'ਤੇ ਵੀ ਜਾ ਕੇ ਵਿਖਾਉਣੇ ਆ ਅਤੇ ਉੱਪਰੋਂ ਵੇਖੋ ਥੱਲੇ ਦਾ ਵਿਊ ਬ੍ਰਾਂਡ ਨੋਟ ਕਰ ਲਓ ਚੈਨਲ ਟੌਮ ਫੋਰਡ ਅਤੇ ਡੀਓਰ ਸਾਰੇ ਮਹਿੰਗੇ ਮਹਿੰਗੇ ਬ੍ਰਾਂਡ ਆ ਮੈਨੂੰ ਤਾਂ ਇਹਨੇ ਨਾਮ ਹੀ ਨਹੀਂ ਲੈਣੇ ਹੁੰਦੇ ਇਹ ਮਾਰਕੀਟ ਦੇ ਵਿੱਚ ਐਡਾ ਬ੍ਰਾਂਡ ਤਗੜਾ ਤਗੜਾ ਪਿਆ ਇਹ ਇਕੱਲਾ ਜੇ ਲੇਡੀਜ਼ ਹੀ ਆ ਹੈ ਨਾ ਲੇਡੀਜ਼ ਹੀ ਆ ਨਾ ਜੈਂਟਸ ਵਾਲਾ ਇਹਦੇ ਨਾਲ ਦਾ ਦੂਜੇ ਪਾਸੇ ਆ ਲੈ ਵੀ ਆਹ ਸਟੋਰ ਦੀ ਉੱਪਰਲੀ ਮੰਜ਼ਿਲ 'ਤੇ ਆ ਗਏ ਹਾਂ ਛੱਤ 'ਤੇ ਛੱਤ ਦੇ ਉੱਤੇ ਇਹ ਤਾਂ ਸਿੱਬੂ ਪਲੇ ਕਹਿਣ ਲੱਗ ਗਿਆ ਤੁਸੀਂ ਥੱਲੇ ਜਾਓ ਨਹੀਂ ਤਾਂ ਡਰ ਲੱਗਦਾ ਥੱਲੇ ਵੇਖਿਆ ਤਾਂ ਉਹ ਸਾਹਮਣੇ ਰਹਿ ਗਿਆ ਆਈਫਲ ਟਾਵਰ ਉਹ ਕੱਲ੍ਹ ਨੂੰ ਵਿਖਾਵਾਂਗੇ ਤੁਹਾਨੂੰ ਲੈ ਮਿੱਤਰੋ ਆਹ ਵੇਖ ਲਓ ਸਾਹਮਣੇ ਤੁਸੀਂ ਕਹਿਣਾ ਵੀ ਇਹ ਕੀ ਪੋਸਟਰ ਜਿਹਾ ਵਿਖਾਈ ਜਾਂਦਾ ਹੈ ਨਾ ਬਿਲਡਿੰਗ ਵਿਖਾਈ ਜਾਂਦਾ ਇਹ ਇੱਕ ਅਨੋਖੀ ਚੀਜ਼ ਆ ਇੱਥੋਂ ਦਾ ਕਾਨੂੰਨ ਹੀ ਆ ਕਾਨੂੰਨ ਹੀ ਕਹਿ ਲਓ ਇਹਨੂੰ ਇਹ ਬਿਲਡਿੰਗ
ਨਹੀਂ ਜੀ, ਵੈਲਡਰ ਦੇ ਮੂਹਰੇ ਲਾਇਆ ਹੋਇਆ ਪੋਸਟਰ ਆ ਸਾਰਾ ਕੱਪੜੇ ਦਾ, ਕਿਉਂਕਿ ਇਹਦੇ ਪਿੱਛੇ ਬਿਲਡਿੰਗ ਦੀ ਰਿਪੇਅਰਿੰਗ ਚੱਲ ਰਹੀ ਆ ਅਤੇ ਇਕੱਲਾ ਪੋਸਟਰ ਆ, ਕੋਈ ਖਿੜਕੀਆਂ ਦਰਵਾਜ਼ੇ ਨਹੀਂ ਹੋਏ ਬਿਲਡਿੰਗ ਦੇ ਸਾਹਮਣੇ। ਇਸੇ ਕਰਕੇ ਬਈ ਜਿਹੜਾ ਪੈਰਿਸ ਦੀ ਖੂਬਸੂਰਤੀ ਖਰਾਬ ਨਾ ਹੋਵੇ, ਕਿਉਂ ਪਿੱਛੇ ਭੰਨ ਤੋੜ ਚੱਲ ਰਹੀ ਹੈ ਮਿਸਤਰੀਆਂ ਦੀ, ਬਿਲਡਿੰਗ ਦੀ ਭੰਨ ਤੋੜ ਚੱਲ ਰਹੀ ਹੈ, ਮੂਹਰੇ ਇਕੱਲਾ ਪੋਸਟਰ ਹੀ ਲਾਇਆ ਹੋਇਆ ਇਹ। ਅਤੇ ਵੇਖ ਲਓ ਇਹ ਪੈਰਿਸ ਦੀਆਂ ਕਾਨੂੰਨ ਵੇਖ ਲਓ। ਬਾਕੀ ਆ ਇੱਧਰ ਹੋਰ ਨਵੀਂ ਜਗ੍ਹਾ 'ਤੇ ਆ ਗਏ ਹਾਂ, ਇਸੇ ਤਰ੍ਹਾਂ ਪੋਸਟਰ ਇਹਨਾਂ ਲਾਉਣੇ ਪੈਂਦੇ ਆ ਵੀ ਜੇਕਰ ਬਿਲਡਿੰਗ ਦੀ ਰਿਪੇਅਰਿੰਗ ਕਰਨੀ ਹੈ ਨਾ, ਵੀ ਖੂਬਸੂਰਤੀ ਪੈਰਿਸ ਦੀ ਨਾ ਖਰਾਬ ਹੋਵੇ। ਅਤੇ ਆ ਹੋਰ ਨਵੀਂ ਜਗ੍ਹਾ 'ਤੇ ਆ ਗਏ ਹਾਂ ਅਤੇ ਰਸ਼ ਵੇਖ ਲਓ ਟੂਰਿਸਟਾਂ ਦਾ ਉਨੇ ਦਾ ਉਨਾ ਹੀ ਆ, ਸੱਤਵੀਂ ਅੱਠਵੀਂ ਜਗ੍ਹਾ ਤੋਂ ਜ਼ਿਆਦਾ 'ਤੇ ਆ ਗਏ ਹਾਂ। ਹਰ ਜਗ੍ਹਾ 'ਤੇ ਜਿੱਥੇ ਜਾਈਦਾ ਟੂਰਿਸਟ ਇੰਨੇ ਦਾ ਇੰਨਾ ਹੀ ਆ ਹਰ ਪਾਸੇ। ਪੈਰਿਸ ਦੀਆਂ ਬੱਸਾਂ, ਲੋਕਲ ਬੱਸਾਂ, ਲੈ ਮਿੱਤਰੋ ਅੱਜ ਆ ਗਏ ਹਾਂ ਦੂਜਾ ਦਿਨ, ਅੱਜ ਵਿਖਾਉਣ ਲਿਆਏ ਹਾਂ ਤੁਹਾਨੂੰ। ਪਹਿਲਾਂ ਤਾਂ ਵਿਖਾਵਾਂਗੇ ਪੈਰਿਸ ਦਾ ਜਿਹੜਾ ਮਿਊਜ਼ੀਅਮ ਆ, ਜਿੱਥੇ ਪਤਾ ਹੀ ਤੁਹਾਨੂੰ ਮੋਨਾ ਲੀਸਾ ਦੀ ਪੇਂਟਿੰਗ ਇੱਕ ਪਈ ਆ ਬਹੁਤ ਮਸ਼ਹੂਰ, ਜਿਹੜੀ ਕਿ ਕਈ ਵਾਰੀ ਚੋਰੀ ਵੀ ਹੋ ਚੁੱਕੀ ਸੀ, ਉਹ ਪੇਂਟਿੰਗ ਆ ਇਸ ਮਿਊਜ਼ੀਅਮ ਦੇ ਵਿੱਚ ਆ ਤੁਸੀਂ ਵੇਖ ਰਹੇ ਹਾਂ। ਅਤੇ ਬਹੁਤ ਇੱਥੇ ਵੀ ਟੂਰਿਸਟ ਬਹੁਤ ਡਿੱਗਦਾ ਅਤੇ ਮਿਊਜ਼ੀਅਮ ਬਹੁਤ ਵੱਡਾ ਹੈ, ਸਾਰਾ ਦਿਨ ਲੰਘ ਜਾਂਦਾ ਕਹਿੰਦੇ ਇਹਨੂੰ ਵੇਖਦੇ ਵੇਖਦੇ। ਅਤੇ ਮੋਨਾ ਲੀਸਾ ਦੀ ਪੇਂਟਿੰਗ ਵਿਖਾਉਣੀ ਆ ਅਤੇ ਫਿਰ ਵੇਹਣੇ ਅੰਦਰ ਜਾ ਕੇ ਕੀ ਆ ਕੀ ਨਹੀਂ ਉੱਥੇ। ਅਤੇ ਇੱਧਰ ਮੋਨਾ ਲੀਸਾ ਦੀ ਪੇਂਟਿੰਗ ਵੇਖਣ ਵਾਸਤੇ ਲੈਣਾ ਵੇਖ ਕਿੱਡੋ ਕਿੱਡੀਆਂ ਕਿੱਡੀਆਂ ਲੰਮੀਆਂ ਲੱਗੀਆਂ ਅਤੇ ਰਸ਼ ਪਿਆ ਹੋਇਆ। ਅਤੇ ਆਪਾਂ ਵੀ ਵੇਹਣੇ ਹਾਂ ਹੁਣ ਅੰਦਰ ਜਾ ਕੇ ਲੈਂਦੇ ਹਾਂ ਟਿਕਟਾਂ। ਅਤੇ ਇੱਥੇ ਹਰ ਚੀਜ਼ ਨੂੰ ਵੇਖਣ ਵਾਸਤੇ ਟਿਕਟ ਲੱਗਦੀ ਆ, ਇਹਨਾਂ ਦੀ ਪਤਾ ਨਹੀਂ ਕਿੰਨੀ ਹੈ ਪਤਾ ਕਰਦੇ ਅੰਦਰੋਂ ਟਿਕਟਾਂ ਲੈ ਕੇ ਚੱਲਦੇ ਅੰਦਰ, ਚੱਲ ਕੇ ਵਿਖਾਉਣੇ ਆ ਤੁਹਾਨੂੰ ਅੰਦਰ ਦਾ ਨਜ਼ਾਰਾ। ਆਓ ਚੱਲ ਗਏ, ਲੈ ਵੀ ਆ ਵੇਖ ਲਓ ਅੰਦਰੋਂ ਮਾਹੌਲ ਕਿਹੋ ਜਿਹਾ। ਬਹੁਤ ਵੱਡਾ ਮਿਊਜ਼ੀਅਮ ਆ, ਖੁੱਲ੍ਹਾ ਚੌੜਾ ਲੰਮਾ ਚੌੜਾ ਬਹੁਤ ਆ ਇਹ, ਸਾਰੀਆਂ ਇਹਦੇ 'ਚ ਪੇਂਟਿੰਗਾਂ ਪੁਰਾਣੀਆਂ, ਪੁਰਾਣਾ ਸਾਜੋ ਸਮਾਨ ਅਤੇ ਪੁਰਾਣਾ ਮਤਲਬ ਜਿਹੜਾ ਕੁਛ ਮਿਊਜ਼ੀਅਮ ਦੇ ਵਿੱਚ ਹੁੰਦਾ ਨਾ, ਬਹੁਤ ਟੂਰਿਸਟ ਆਉਂਦਾ ਡਿੱਗਦਾ ਵੇਖਣ ਵਾਸਤੇ ਇਸ ਮਿਊਜ਼ੀਅਮ ਨੂੰ, ਕਿਉਂਕਿ ਮੇਨ ਤਾਂ ਮੋਨਾ ਲੀਸਾ ਹੀ ਆ। ਮੋਨਾ ਲੀਸਾ ਦੀ ਪੇਂਟਿੰਗ ਵੱਲ ਚੱਲਦੇ ਹਾਂ, ਸਭ ਤੋਂ ਐਂਡ 'ਤੇ ਜਾ ਕੇ ਆਉਂਦੀ ਆ ਪੇਂਟਿੰਗ, ਪਹਿਲਾਂ ਸਾਰਾ ਕੁਛ ਮਿਊਜ਼ੀਅਮ ਵੇਖ ਕੇ ਫਿਰ ਜਾ ਕੇ ਕਿਤੇ ਮੋਨਾ ਲੀਸਾ ਦੇ ਦਰਸ਼ਨ ਹੁੰਦੇ ਆ। ਇਹਦੀ ਕੀਮਤ ਦੱਸੀ ਗਈ ਆ $1 ਬਿਲੀਅਨ ਆ, ਤਕਰੀਬਨ 82 ਖਰਬ, ਅਰਬ ਤਾਂ ਪਿੱਛੇ ਰਹਿ ਗਿਆ, 82 ਖਰਬ ਇੰਡੀਆ ਦੀ ਇਹਦੀ ਕੀਮਤ ਆ ਮੋਨਾ ਲੀਸਾ ਦੀ ਪੇਂਟਿੰਗ ਦੀ। ਪਹੁੰਚ ਗਏ ਆ ਪੇਂਟਿੰਗ ਕੋਲ, ਵੇਖ ਲਓ ਸਿਕਿਉਰਿਟੀ ਵੀ ਉੱਥੇ ਬਹੁਤ ਆ, ਉਹ ਸਾਹਮਣੇ ਵੇਖ ਰਹੇ ਹਾਂ ਮੋਨਾ ਲੀਸਾ। ਇਹ ਆ ਪੇਂਟਿੰਗ ਮੋਨਾ ਲੀਸਾ ਦੀ, ਜਿਹੜੀ ਕਿ ਇੱਕ ਵਾਰੀ ਚੋਰੀ ਹੋ ਚੁੱਕੀ ਸੀਗੀ, ਫਿਰ ਲਿਆ ਕੇ ਫਿਰ ਚੋਰ ਫੜੇ ਗਏ ਸੀਗੇ ਅਤੇ ਹੁਣ ਮਿਊਜ਼ੀਅਮ ਦੇ ਵਿੱਚ ਰੱਖੀ ਵੀ ਇੱਥੇ ਪੈਰਿਸ ਦੇ ਵਿੱਚ। ਉਹ ਸਾਹਮਣੇ ਵੇਖ ਰਹੇ ਹਾਂ ਮੋਨਾ ਲੀਸਾ, ਇਹਨੂੰ ਵੇਖਣ ਆਉਂਦੀ ਆ ਦੁਨੀਆ। ਇਹ ਪੇਂਟਿੰਗ ਇੱਕ ਵੱਖਰੀ ਪੇਂਟਿੰਗ ਹੀ ਬਣੀ ਹੋਈ ਆ ਦੁਨੀਆ 'ਤੇ। ਬਾਹਰ ਆ ਗਏ ਸੀ, ਬਾਹਰ ਆ ਕੇ ਨਿਆਣੇ ਕਹਿੰਦੇ ਵੀ ਕਰੈਪ ਖਾਣਾ, ਆਹ ਰੇੜੀ ਜੀ ਲਾਈ ਸੀਗੀ ਇਹਦੀ, ਇਹਦੇ ਤੋਂ ਕਰੈਪ ਬਣਾਉਣ ਲੱਗੇ ਸੀ ਅਤੇ ਇਹਨੇ ਮਾਂ ਦੀ ਧੀ ਨੇ ਨਸ਼ੇੜੀ ਜੀ ਲੱਗਦੀ ਸੀਗੀ, ਇਹਨੇ ਸਾੜ ਹੀ ਦਿੱਤਾ ਕਰੈਪ ਲੈ ਖੇਡਦੇ ਹੋਏ ਚੱਕ। ਅਤੇ ਹੁਣ ਦੋਸਤੋ ਆ ਗਏ ਹਾਂ ਬਾਹਰ, ਆਪਾਂ
बस ले ली आ प्राइवेट ओपन बाडी बस आ, ये टूर कढ़ांगे सारे पैरिस का ये तो आईफल टावर भी दिखावे सानू तुहानू, तो जुड़े रहो क्योंकि ब्लॉग वड्डा होजूगा फिर टाइम है नहीं इन्ना किसी को वेखन का, तो ये बस का टूर बाद चाने तुहानू पूरा।